ਹੈਲੋ ਸਟੂਡੈਂਟ ਸਿੱਖਿਆ ਐਫ ਐਮ ਦੇ ਆਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਇੰਪੋਰਟੈਂਟ ਨਿਊਜ਼ ਲੈ ਕੇ ਆਇਆ ਜਿਹੜੇ ਬੱਚੇ ਲਾਇਬ੍ਰੇਰੀ ਰੀਸਟਾਰਟਰ ਦੀ ਤਿਆਰੀ ਵਾਸਤੇ ਉਤਸੁਕ ਹੈ ਉਹਨਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਔਰ ਇੱਕ ਮੈਂ ਵੱਡਾ ਜਿਹੜਾ ਤਮਾਕਾ ਇੱਕ ਵੱਡਾ ਜਿਹੜਾ ਆਫਰ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਕੁਝ ਦਿਨ ਵਾਸਤੇ ਨਵਰਾਤਰੀ ਆਫਰ ਸਾਡੇ ਲਾਈਬ੍ਰੇਰੀ ਰੀਸਟੋਰਰ ਦਾ ਚੱਲ ਰਿਹਾ ਹੈ ਜਿਹੜੀ 56 ਵੈਕੈਂਸੀ ਆਈ ਜਿਨ੍ਹਾਂ ਦਾ 11 ਤਰੀਕ ਤੱਕ ਲਾਸਟ ਡੇਟ ਸੀ ਉਸ ਤੋਂ ਬਾਅਦ ਫੀਸ ਜਮ੍ਹਾਂ ਕਰਾਉਣ ਦੀ ਅੱਗੇ ਡੇਟ ਐਕਸਟੈਂਡ ਹੋ ਚੁੱਕੀ ਸੀ ਜਿਨ੍ਹਾਂ ਬੱਚਿਆਂ ਨੇ ਆਪਣੀ ਫੀਸ ਜਮ੍ਹਾਂ ਕਰਾ ਦਿੱਤੀ ਗਈ ਹੈ ਉਹਨਾਂ ਬੱਚਿਆਂ ਵਾਸਤੇ 1000 ਰੁਪੀਸ ਦਾ ਡਿਸਕਾਊਂਟ ਦਿੱਤਾ ਗਿਆ ਹੈ A399 ਦੇ ਵਿੱਚ ਤੁਸੀਂ ਇਸ ਕੋਰਸ ਨੂੰ ਲੈ ਸਕਦੇ ਹੋ ਥੱਲੇ ਦਿੱਤੇ ਅਗਰ ਤੁਸੀਂ ਇਸ ਕੋਰਸ ਨੂੰ ਆਨਲਾਈਨ ਸਾਡੇ ਐਪ ਤੋਂ ਪਰਚੇਸ ਨਹੀਂ ਕਰ ਸਕਦੇ ਇਹ ਸਾਡਾ ਐਪ ਹੈ ਇਸ ਤੋਂ ਤੁਸੀਂ ਡਾਊਨਲੋਡ ਕਰਕੇ ਵੀ ਪਰਚੇਸ ਕਰ ਸਕਦੇ ਹੋ ਅਗਰ ਤੁਸੀਂ ਇਸ ਐਪ ਤੋਂ ਪਰਚੇਜ਼ ਨਹੀਂ ਕਰ ਸਕਦੇ ਤਾਂ ਇਸ ਨੰਬਰ ਤੇ ਗੱਲਬਾਤ ਕਰਕੇ ਤੁਸੀਂ ਸਿਸਟਮੈਟਿਕਲੀ ਤਰੀਕੇ ਨਾਲ ਇਸ ਜਿਹੜਾ ਬੈਚ ਨੂੰ ਜੁਆਇਨ ਕਰ ਸਕਦੇ ਹੋ ਬਹੁਤ ਹੀ ਬਿਹਤਰੀਨ ਬੈਚ ਹੈ ਇਸ ਬੈਚ ਦੇ ਵਿੱਚ ਤੁਹਾਨੂੰ ਮਿਲੇਗਾ ਕੀ ਕੀ ਇਹ ਦੇਖਣਾ ਹੈ ਭਈ ਤਾਂ ਤੁਸੀਂ ਇਹ ਦੇਖਣਾ ਇਸ ਬੈਚ ਦੇ ਵਿੱਚ ਤੁਹਾਨੂੰ ਲਾਈਵ ਕਲਾਸਸ ਮਿਲਣਗੀਆਂ ਠੀਕ ਹੈ ਲਾਈਵ ਕਲਾਸ ਮਿਲਣਗੀਆਂ ਨੰਬਰ 1 ਨੰਬਰ 2 ਤੁਹਾਨੂੰ ਪੀਡੀਫਸ ਮਿਲਣਗੀਆਂ ਠੀਕ ਹੈ ਵੀ ਜਿੰਨੇ ਵੀ ਇਸ ਬੈਚ ਦੇ ਵਿੱਚ ਤੁਹਾਨੂੰ ਹੋਰ ਕੀ ਮਿਲੇਗਾ ਪੰਜਾਬੀ ਏ ਪੰਜਾਬੀ ਏ ਦੇ ਦੀ ਤਿਆਰੀ ਤੁਹਾਨੂੰ ਕਰਾਈ ਜਾਊਗੀ ਜਿਹਦੇ ਵਿੱਚੋਂ ਗੁਰਮਤਕਾਉ ਗੁਰਮਤਕਾਉ ਆਪਣੇ 10th ਸ੍ਰੀ ਗੁਰੂ ਗੁਰੂ ਜੀ ਹੈ ਉਹਨਾਂ ਬਾਰੇ ਜਾਣਕਾਰੀ ਮੈਡਮ ਨੇ ਦੇ ਦਿੱਤੀ ਹੈ ਉਹਦੇ ਡੈਮੋ ਜਿਹੜੇ ਹੈ ਆਲਰੇਡੀ ਸਾਡੇ YouTube ਚੈਨਲ ਤੇ ਪਏ ਹੈ ਹੁਣ ਉੱਥੇ ਬੀਰ ਕਾਉ ਚੱਲ ਰਿਹਾ ਹੈ ਠੀਕ ਹੈ ਉਸ ਤੋਂ ਬਾਅਦ ਕਿੱਸਾ ਕਾਉ ਚੱਲੇਗਾ ਉਸ ਤੋਂ ਬਾਅਦ ਗ੍ਰਾਮਰ ਔਰ ਵਿਆਕਰਣ ਦੇ ਟੌਪਿਕ ਵੀ ਉੱਥੇ ਕਰਵਾਏ ਜਾਣਗੇ ਹੋ ਸਕਦਾ ਹੈ ਡੀਪ ਅਸੀਂ ਜ਼ਰੂਰ ਕਰਾਨੇ ਆ ਠੀਕ ਹੈ ਤਾਂ ਕਿ ਪਤਾ ਨਹੀਂ ਪੇਪਰ ਪੰਜਾਬ ਦਾ ਪੇਪਰ ਏ ਹੀ ਅਗਰ ਪਾਸ ਨਹੀਂ ਹੋਇਆ ਪੰਜਾਬੀ ਚ ਫੇਲ ਤਾਂ ਸਾਰਿਆਂ ਚ ਫੇਲ ਉਸ ਤੋਂ ਬਾਅਦ ਜਿਹੜਾ 70 ਨੰਬਰ ਦਾ ਟੈਕਨੀਕਲ ਆਵੇਗਾ ਉਹਦੇ ਚ ਤੁਹਾਨੂੰ ਲਾਈਵ ਕਲਾਸਸ ਮਿਲਣਗੇ ਆ ਪੀਡੀਫਸ ਮਿਲਣਗੇ ਜਿਹੜਾ ਬੱਚਾ ਸੈਸ਼ਨ ਨੂੰ ਨਹੀਂ ਜੁਆਇਨ ਕਰ ਸਕਦਾ ਕਿਉਂਕਿ ਸਵੇਰੇ ਇਕਦੇ ਕੰਮ ਹੁੰਦਾ ਤਾਂ ਉਹਦੇ ਬਾਅਦ ਚ ਵੀ ਉਹ ਆਉਣ ਵਾਲੇ 7-8 ਮਹੀਨੇ ਦੇ ਵਿੱਚ ਉਹ ਉਸ ਰਿਕਾਰਡਡ ਵੀਡੀਓ ਨੂੰ ਵੀ ਦੇਖ ਸਕਦਾ ਹੈ ਨਾਲ ਤੁਹਾਨੂੰ ਹਰ ਟੌਪਿਕ ਦੇ ਐਮਸੀਕਿਊ ਮਿਲਣਗੇ ਪੰਜਾਬ ਦੇ ਜਿੰਨੇ ਅਜੇ ਤੱਕ ਪੇਪਰ ਜਿੰਨੇ ਵੀ ਹੋ ਗਏ ਆ ਲਾਇਬ੍ਰੇਰੀ ਦੇ ਉਹਦੇ ਕਿਹੜੇ ਕਿਹੜੇ ਸਵਾਲ ਆਏ ਹੋਏ ਹੈ ਉਹ ਉਸ ਟੌਪਿਕ ਤੋਂ ਕਿਹੜਾ ਸਵਾਲ ਆਇਆ ਹੋਇਆ ਹੈ ਇਹ ਤੁਸੀਂ ਮੇਰੀ ਆਲਰੇਡੀ ਵੀਡੀਓ ਚ ਦੇਖੇ ਹੋਏ ਹੈ ਇੰਡੀਅਨ ਲਾਇਬ੍ਰੇਰੀ ਐਸੋਸੀਏਸ਼ਨ ਚ ਦੇਖਿਆ ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਚ ਦੇਖਿਆ ਠੀਕ ਹੈ ਤਾਂ ਮੈਂ ਇਹ ਜੇ ਵਾਸਤੇ ਤੁਹਾਨੂੰ ਇਹ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਨਵਰਾਤਰੀ ਦਾ ਆਫਰ ਹੈ ਬਹੁਤ ਹੀ ਲਿਮਟਿਡ ਟਾਈਮ ਦੇ ਚ ਹੈ ਬੱਚਿਆਂ ਦੀ ਹਾਈ ਡਿਮਾਂਡ ਤੇ ਅਸੀਂ ਆਫਰ ਲਿਆਏ ਗਏ ਆ ਕਿਉਂਕਿ ਕੋਈ ਕਈ ਬੱਚੇ ਸਾਨੂੰ ਇਹ ਗੱਲ ਕਹਿ ਰਹੇ ਸੀ ਕਿ ਸਰ ਥੋੜੀ ਫੀਸ ਦੀ ਦਿੱਕਤ ਹੈ ਤਾਂ ਅਸੀਂ ਇਹ ਨਵਰਾਤਰੀ ਆਫਰ ਜਿਹੜਾ ਹੈ ਚੱਲ ਰਿਹਾ ਹੈ ਬੜਾ ਬਿਹਤਰੀਨ ਬੈਚ ਉਹ ਹੈ ਜਿਹੜਾ ਚੱਲ ਰਿਹਾ ਹੈ ਕੁਝ ਬੱਚਿਆਂ ਦੇ ਕਹਿਣ ਤੇ ਅਸੀਂ ਇਹ ਆਫਰ ਜਿਹੜਾ ਹੈ ਲਾਗੂ ਕਰ ਦਿੱਤਾ ਹੈ ਸਾਡੀ ਮੈਨੇਜਮੈਂਟ ਨੇ ਤਾਂ ਤੁਸੀਂ ਬਿਨਾਂ ਦੇਰੀ ਕੀਤੇ ਹੋਏ ਸ਼ਾਇਦ ਤਿੰਨ ਤਿੰਨ ਦਿਨ ਰਹੇਗਾ ਇਹ ਜਿਹੜਾ ਆਫਰ ਹੈ ਇਹ ਤਿੰਨ ਤੋਂ ਚਾਰ ਦਿਨ ਰਹੇਗਾ ਤਾਂ ਤੁਸੀਂ ਜ਼ਿਆਦਾ ਸਮਾਂ ਨਾ ਵੇਟ ਕਰਦੇ ਹੋਏ ਜਲਦੀ ਤੋਂ ਜਲਦੀ ਇਹ ਨੂੰ ਤੁਸੀਂ ਜੁਆਇਨ ਕਰ ਲਓ ਇਹਦੇ ਨਾਲ ਨਾਲ ਫਿਰ ਉਸ ਤੋਂ ਬਾਅਦ ਐਮਸੀਕਿਊ ਟੈਸਟ ਵੀ ਤੁਹਾਡਾ ਐਪ ਦੇ ਉੱਤੇ ਹੋਏਗਾ ਮੈਂ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰਨ ਆ 56 ਵੈਕੈਂਸੀ ਹੈ ਠੀਕ ਹੈ ਇਹ ਸਾਰੇ ਸਟੂਡੈਂਟ ਜਿਹੜੇ ਸਾਡੇ ਸਟੂਡੈਂਟ ਹੈ ਉਹੀ ਲੱਗਣਗੇ ਇਹਦੇ ਨਾਲ ਨਾਲ ਤੁਹਾਨੂੰ 30 ਨੰਬਰਾਂ ਦਾ ਜਿਹੜਾ 30 ਮਾਰਕਸ ਦਾ 10 ਨੰਬਰ ਦਾ ਤੁਹਾਨੂੰ ਜਿਵੇਂ ਮੈਥ ਰੀਜਨਿੰਗ ਆਏਗਾ 10 ਜੀਕੇ ਆਏਗੀ ਪੰਜਾਬ ਜੀਕੇ ਆਏਗੀ ਪੰਜ ਕੁਐਸਚਨ ਇੰਗਲਿਸ਼ ਦੇ ਆਉਣਗੇ ਉਹਦੀ ਵੀ ਤਿਆਰੀ ਜਿਹੜੀ ਹੈ ਕਰਵਾਈ ਜਾਏਗੀ ਤੁਹਾਨੂੰ ਕੁਝ ਵੀ ਨਹੀਂ ਕਰਨਾ ਬੜਾ ਬਹਤਰੀਨ ਆਫਰ ਆਇਆ ਹੈ ਠੀਕ ਹੈ ਤਾਂ ਦੋ ਤਿੰਨ ਦਿਨਾਂ ਵਾਸਤੇ ਆਫਰ ਹੈ ਮੈਂ ਤੁਹਾਨੂੰ ਸਿਸਟਮੈਟਿਕਲੀ ਅਗਰ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਕਰੋ ਜਿਵੇਂ ਅੱਜ ਦਾ ਜਿਹੜਾ ਸਾਡਾ ਲੈਕਚਰ ਹੋਏਗਾ ਉਹਦੇ ਵਿੱਚ ਮੈਂ ਡीडीसी ਠੀਕ ਹੈ ਜੀ ਤਾਂ ਉਹਦੇ ਬਾਰੇ ਤੁਹਾਨੂੰ ਸਮਝਾਉਂਗਾ ਤਾਂ ਮੈਂ ਐਸੇ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੈਸੇ YouTube ਦੇ ਸਾਡੇ MCQ ਚਲਦੇ ਹੀ ਰਹਿਣਗੇ ਪਰ ਤੁਸੀਂ ਸਿਸਟਮੈਟਿਕਲੀ ਤਿਆਰੀ ਅਗਰ ਕਰਨਾ ਚਾਹੁੰਦੇ ਹੋ ਥਿਉਰੀ ਵੀ ਤੁਸੀਂ ਨਾਲ ਕਰਨਾ ਚਾਹੁੰਦੇ ਹੋ ਤਾਂ ਜਰੂਰ ਇਸ ਬੈਚ ਨੂੰ ਜੁਆਇਨ ਕਰੋ ਜੁਆਇਨ ਤੁਸੀਂ ਅਗਰ ਆਨਲਾਈਨ ਕਰਨਾ ਚਾਹੁੰਦੇ ਹੋ ਤਾਂ ਇਹ ਸਾਡਾ ਪੇਡ ਬੈਚ ਹੈ ਜਿਹਨੂੰ ਸਿੱਖਿਆ ਐਫ ਐਮ ਇਹਨੂੰ ਐਪ ਨੂੰ ਤੁਸੀਂ ਡਾਊਨਲੋਡ ਕਰ ਲਓ Google Play Store ਤੋਂ ਜਿੰਨਾਂ ਕੋਲ ਆਈਫੋਨ ਹੈ ਉਹ ਇਸ ਨੰਬਰ ਤੇ ਗੱਲਬਾਤ ਕਰਕੇ ਸਾਨੂੰ ਕੋਡ ਵੀ ਪੁੱਛ ਸਕਦੇ ਐ ਅチェ ਉਹਨਾਂ ਨੂੰ ਅਸੀਂ ਸਮਝਾ ਦੇਵਾਂ ਤਾਂ ਬਹੁਤ ਹੀ ਲਿਮਟਿਡ ਆਫਰ ਹੈ ਲਿਮਟਿਡ ਟਾਈਮ ਦਾ ਆਫਰ ਹੈ ਠੀਕ ਹੈ ਤਾਂ ਤੁਹਾਨੂੰ ਮੈਂ ਇਹ ਸੇ ਕਰਕੇ ਚਾਹਨਾ ਕੰਟੈਂਟ ਬਹੁਤ ਜ਼ਿਆਦਾ ਹੈ ਪੰਜਾਬੀ ਇਹ ਹੈ ਟੈਕਨੀਕਲ ਹੈ ਔਰ ਤੀ ਨੰਬਰ ਦਾ ਨਾਨ ਟੈਕਨੀਕਲ ਹੈ ਤੁਹਾਨੂੰ ਮੈਂ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਇਹ ਆਫਰ ਖਤਮ ਹੋ ਜਾਏਗਾ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਹੈ ਜੁਆਇਨ ਕਰ ਸਕਦੇ ਹੋ ਮਿਲਦੇ ਆਪਾਂ ਫਿਰ ਅਗਲੀ ਕਲਾਸ ਦੇ ਵਿੱਚ ਉਦੋਂ ਤੱਕ ਲਈ ਬਾਏ ਬਾਏ ਜੈ ਹਿੰਦ